ਵਿੱਚ ਟਰਾਲੀ 'ਚ ਫਸੇ ਬੱਚਿਆਂ ਦੀਆਂ ਇਹ ਤਸਵੀਰਾਂ ਜੰਮੂ ਦੇ ਉਧਮਪੁਰ ਦੇ ਤਨਾਸ ਖੇਤਰ ਦੀਆਂ ਨੇ। ਦਰਅਸਲ ਰੋਪ ਵਿੱਚ ਫਸੇ ਇਹ ਬੱਚੇ ਹਰ ਰੋਜ਼ ਇਸੇ ਤਰ੍ਹਾਂ ਤੇਜ਼ ਵਹਾਅ ਵਾਲੀ ਨਹਿਰ ਨੂੰ ਪਾਰ ਕਰ ਸਕੂਲ ਜਾਂਦੇ ਨੇ, ਪਰ ਅੱਜ ਅਚਾਨਕ ਰੋਪਵੇ ਦੀ ਰੱਸੀ ਟੁੱਟਣ ਸਮੇਂ ਇਹ ਬੱਚਿਆਂ ਦੀ ਜਾਨ ਤੇ ਬਣ ਗਈ। ਇਹ ਬੱਚੇ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਅਟਕ ਗਏ। ਪ੍ਰਸ਼ਾਸਨ ਨੂੰ ਖਬਰ ਮਿਲੀ ਤਾਂ ਅਧਿਕਾਰੀ ਪੂਰੇ ਲਾਮ ਲਸ਼ਕਰ ਦੇ ਨਾਲ ਮੌਕੇ 'ਤੇ ਪਹੁੰਚੇ। ਲੱਖ ਕੋਸ਼ਿਸ਼ਾਂ ਕੀਤੀਆਂ ਪਰ ਸਫਲ ਨਾ ਹੋ ਪਾਈ, ਜਿਸ ਤੋਂ ਬਾਅਦ ਇੱਕ ਸ਼ਖਸ ਨੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨਾਂ ਬੱਚਿਆਂ ਨੂੰ ਬਚਾਉਣ ਦੀ ਠਾਣ ਲਈ ਅਤੇ ਆਖਿਰਕਾਰ ਇਹ ਸ਼ਖਸ ਬੱਚਿਆਂ ਨੂੰ ਬਚਾਉਣ 'ਚ ਕਾਮਯਾਬ ਵੀ ਰਿਹਾ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ।